ਕਾਲ ਮੈਂ ਤਾਨਿਆ ਪ੍ਰੀਤ ਕੌਰ 9ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਗੱਲ ਕਰਾਂਗੀ ਪੰਜਾਬ ਤੇ ਪੰਜਾਬੀਅਤ ਬਾਰੇ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਸਾਦਕ ਸਿਦਕ ਸਿਰ ਤੇ ਦਸਤਾਰ ਸੋਹਣੀ ਸਾਡਾ ਵੱਖਰਾ ਹੀ ਸਰੂਪ ਸੰਸਾਰ ਵਿੱਚੋਂ ਬੰਦ ਬੰਦ ਕਟਵਾਏ ਪਰ ਸੀਨਾ ਕੀਤੀ ਤੇ ਲੱਖਾਂ ਹੀ ਹੋਣੀਆਂ ਸਾਥੋਂ ਹਾਰਨੀਆਂ ਨੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਪੰਜਾਬ ਪਾਪ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਰਾਵੀ ਬਿਆਸ ਜੇਹਲਮ ਤੇ ਚਨਾਬ ਸਤਲੁਜ ਰਾਵੀ ਬਿਆਸ ਪਾਪ ਪੰਜਾਬ ਦੇ ਤਿੰਨ ਖੇਤਰਾਂ ਵਿੱਚ ਵੰਡ ਦਿੱਤੀਆਂ ਹਨ ਇਹ ਸਾਡੇ ਤਿੰਨੇ ਪਾਸੇ ਹਨ ਤਿੰਨੇ ਹਿੱਸੇ ਹਨ ਮਾਝਾ ਦੁਆਬਾ ਤੇ ਮਾਲਵਾ ਸਾਡਾ ਪੰਜਾਬੀ ਵਿਰਸਾ ਇਸ ਲਈ ਸਰਬਸ਼੍ਰੇਸ਼ਟ ਮੰਨਿਆ ਜਾਂਦਾ ਹੈ ਕਿਉਂਕਿ ਪੰਜਾਬ ਵਿੱਚੋਂ ਹੀ ਅਜਿਹੇ ਸੂਰਬੀਰ ਤੇ ਯੋਧੇ ਪੈਦਾ ਹੋਏ ਹਨ ਜਿਨ੍ਹਾਂ ਨੇ ਪੰਜਾਬ ਸ਼ਬਦ ਨੂੰ ਆਪਣੇ ਆਪ ਵਿੱਚ ਸਰਬਸ਼੍ਰੇਸ਼ਟ ਬਣਾ ਦਿੱਤਾ ਹੈ ਸਾਡਾ ਪੰਜਾਬੀ ਇਤਿਹਾਸ ਬਹੁਤ ਹੀ ਸੰਸਕਾਰ ਪਰਿਆ ਹੈ ਦੁਨੀਆ ਵਿੱਚ ਕਿਤੇ ਵੀ ਜਾ ਕੇ ਵੇਖ ਲਓ ਤੁਹਾਨੂੰ ਪੰਜਾਬ ਵਰਗਾ ਰਹਿਣ ਸਹਿਣ ਕਿਤੇ ਨਹੀਂ ਮਿਲੇਗਾ ਤੇ ਅੱਜ ਅਸੀਂ ਬੜੇ ਸਰਗਰਵ ਨਾਲ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬ ਵਿੱਚ ਰਹਿਣ ਵਾਲੇ ਹਾਂ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਧੰਨਵਾਦ